ਇੰਨੀ ਕੁ ਚੀਜ਼ ਦੇਖੋ ਕਿੰਨਾ ਕੰਮ ਕਰੂਗੀ। ਇਹ ਧਮਾਕਾ ਕਿਉਂ ਹੋਇਆ? ਕਿਉਂਕਿ ਇੱਥੇ ਹਾਈਡਰੋਜਨ ਗੈਸ ਪੈਦਾ ਹੋ ਗਈ। ਕਿਹੜੀ ਗੈਸ ਪੈਦਾ ਹੋਈ ਹੈ? ਤੇ ਹਾਈਡਰੋਜਨ ਗੈਸ ਧਮਾਕੇ ਨਾਲ ਬਲਦੀ ਹੈ। ਕਾਗਜ਼ ਦੇ ਟੁਕੜੇ ਇਹਦੇ ਹੱਥ ਤੇ ਪਾਤੇ, ਉਹ ਹਮੇਸ਼ਾ ਕੀ ਹੋਊਗੀ? ਖਿੱਚੀ ਜਾਊਗੀ। ਇਹ ਧੱਕੂਗੀ ਨਹੀਂ, ਇਹਨੂੰ ਖਿੱਚ ਲੂਗੀ। ਦੇਖਿਓ ਤੁਹਾਡੇ ਸਾਹਮਣੇ ਆਹ। ਹੁਣ ਮੈਂ ਇਹਦੇ 'ਚ ਅੱਗ ਲਾਉਣ ਲੱਗਿਆ, ਅੱਗ ਲਾਊਂਗਾ ਤਾਂ ਤੁਸੀਂ ਦੇਖਿਓ ਕੀ ਹੁੰਦਾ। ਇੱਥੇ ਖੜੇ ਖੜੇ ਬੋਤਲ ਉੱਥੇ ਪਹੁੰਚਾਤੀ ਸਾਇੰਸ ਨੇ, ਹੈ ਕਮਾਲ ਕੇ ਨਹੀਂ? ਦੋ 'ਚ ਇੱਕ ਜੋੜੋ, ਤਿੰਨ 'ਚ ਦੋ ਜੋੜੋ, ਚਾਰ 'ਚ ਤਿੰਨ ਜੋੜੋ, ਪੰਜ 'ਚ ਚਾਰ ਜੋੜੋ। ਉਹ ਆ ਕੀ ਬਣ ਗਿਆ? 18 ਦਾ ਪੜਾ ਤਿਆਰ ਹੋ ਗਿਆ। ਚੈੱਕ ਕਰੋ, ਜੇ ਕੋਈ ਚਾਨਣ ਕਰ ਸਕਦਾ ਤਾਂ ਉਹ ਗਿਆਨ ਕਰ ਸਕਦਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਨਾ ਵੀ ਗਿਆਨ ਦਾ ਡੰਡਾ ਹੱਥ 'ਚ ਫੜ ਕੇ ਤੁਸੀਂ ਜਦੋਂ ਚੱਲੋਗੇ ਤਾਂ ਤੁਸੀਂ ਧੱਕੇ ਨਹੀਂ ਖਾ ਸਕਦੇ। ਤਾਂ ਮੈਂ ਕਿਹਾ ਵੀ ਇਹ ਬੱਚਿਆਂ ਨੂੰ ਇਹ ਬੇਸਿਕ ਗਿਆਨ ਹੈ ਜਿਹੜਾ, ਇਹ ਦੇਣਾ ਸ਼ੁਰੂ ਕਰੀਏ। ਹੁਣ ਤੱਕ ਮੈਂ 9 ਲੱਖ ਲੋਕਾਂ ਨੂੰ ਮਿਲ ਚੁੱਕਿਆ, 11 ਰਾਜਾਂ ਦੇ ਵਿੱਚ ਜਾ ਕੇ, ਵੱਖ ਵੱਖ ਜਗ੍ਹਾ 'ਤੇ, ਸਾਰੇ ਜਿੰਨੇ ਭਾਰਤ ਦੇ ਅਲੱਗ ਅਲੱਗ ਸੂਬੇ ਆ ਉਹਨਾਂ 'ਚ ਜਾ ਕੇ ਮੈਂ ਪ੍ਰਚਾਰ ਕਰਦਾ ਫਿਰਦਾ। ਪਾਣੀ ਜਦੋਂ ਉੱਪਰ ਨੂੰ ਜਾਂਦਾ ਨਾ ਤੇ ਧੱਕਾ ਬਾਹਰ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਤੇ ਅੰਦਰ ਨੂੰ ਇਹਦੀ ਖਿੱਚ ਰਹਿੰਦੀ ਹੈ, ਇਸ ਕਰਕੇ ਡੁੱਲਦਾ ਨਹੀਂ। ਇਸੇ ਤਰ੍ਹਾਂ ਹੀ ਅਸੀਂ ਧਰਤੀ ਦੇ ਉੱਤੇ ਜਦੋਂ ਘੁੰਮ ਰਹੇ ਹਾਂ ਸਾਰੇ ਜਾਣੇ ਤਾਂ ਧਰਤੀ ਤੋਂ ਬਾਹਰ ਨਹੀਂ ਡਿੱਗਦੇ ਹਾਂ। ਬਾਹਰਲੇ ਮੁਲਕਾਂ ਦੇ ਵਿੱਚ ਸਕੂਲ ਖੁੱਲ੍ਹੇ ਹੋਏ ਆ, ਉਹਨਾਂ ਨੇ ਉੱਥੇ ਉਹਨਾਂ ਦੀਆਂ ਵਰਕਸ਼ਾਪ ਬਣਾ ਕੇ ਦਿੱਤੀਆਂ ਹੋਈਆਂ ਵੀ ਆਹ ਸਮਾਨ ਪਿਆ ਇਹਨੂੰ ਤੋੜੋ, ਠੀਕ ਕਰੋ, ਜੋ ਮਰਜ਼ੀ ਕਰੋ, ਆਪਣੇ ਹੱਥੀਂ ਕਰੋ। ਜਿਸ ਦਿਨ ਸਾਡੇ ਦੇਸ਼ ਦੇ ਵਿੱਚ ਇਹ ਲਾਗੂ ਹੋ ਗਈ ਗੱਲ, ਬਸ ਮੈਂ ਉਹ ਲਾਗੂ ਕਰਾਉਣ ਲਈ ਤੁਰਿਆ ਹੋਇਆ ਵੀ ਇਹ ਚੀਜ਼ ਲਾਗੂ ਹੋਣੀ ਚਾਹੀਦੀ ਹੈ। ਘਰ ਘਰ ਬੱਚੇ ਕੋਲ ਸਮਾਨ ਹੋਵੇ, ਘਰ ਘਰ ਬੱਚਾ ਆਪ ਕਰਕੇ ਦੇਖੇ, ਉਹਨੂੰ ਕੋਈ ਰੋਕਣ ਵਾਲਾ ਨਾ ਹੋਵੇ ਵੀ ਤੂੰ ਆਹ ਕਾਹਤੋਂ ਕਰਦਾ, ਫਿਰ ਵਿਗਿਆਨੀ ਬਣੂਗਾ। ਨਹੀਂ, ਵਿਗਿਆਨੀ ਨਹੀਂ ਬਣ ਸਕਦਾ। ਟੇਪ ਤਾਂ ਤੁਸੀਂ ਸਾਰਿਆਂ ਨੇ ਦੇਖੀ ਹੈ, ਕਿਹਦੇ ਕੋਲ ਹੁੰਦੀ ਹੈ? ਪਲੰਬਰ, ਜਿਹੜੇ ਸਾਡੇ ਟੂਟੀਆਂ ਦਾ ਕੰਮ ਕਰਨ ਆਉਂਦੇ ਨਾ ਘਰੇ, ਜਾਂ ਆਪ ਵੀ ਕਈ ਵਾਰੀ ਆਪਾਂ ਕਰ ਲੈਂਦੇ ਹਾਂ, ਰੈਂਚ ਲੈ ਕੇ ਖੋਲ੍ਹ ਕੇ ਆਲੇ ਦੁਆਲੇ ਧਾਗਾ ਸਫੈਦਾ ਅੱਗੇ ਹੁੰਦਾ ਸੀ ਆਪਣੇ ਟਾਈਮ 'ਚ ਜੀ, ਉਹ ਹੁਣ ਧਾਗਾ ਸਫੈਦਾ ਖਤਮ ਕਰਕੇ ਆ ਟੈਫਲੋਨ ਟੇਪ ਆ ਗਈ, ਇਹਦੇ ਨਾਲ ਲੀਕੇਜ ਦਾ ਹੋਰ ਫਰਕ ਪੈ ਗਿਆ, ਹੁਣ ਹੁੰਦੀ ਨਹੀਂ ਜਮ੍ਹਾਂ ਹੀ ਲੀਕੇਜ। ਤਾਂ ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਹੱਥ ਦੇ ਨਾਲ ਹਾਲੇ ਚਿਪਕ ਨਹੀਂ ਰਹੀ ਹੈ, ਉੰਨੀ ਤੇਜ਼ੀ ਨਾਲ ਇਹਨੂੰ ਰਗੜੋ, ਬਸ ਇਹ ਚਿਪਕਣਾ ਸ਼ੁਰੂ ਕਰ ਦੂਗੀ। ਦੇਖੋ ਚਿਪਕਦੀ ਹੈ, ਇਹ ਹੱਥ ਦੇ ਨਾਲ ਚਿਪਕਣਾ ਸ਼ੁਰੂ ਕਰਤਾ ਇਸ ਨੇ। ਇੱਧਰ ਆ ਬੇਟੇ, ਆ ਫੜ ਇਹਨੂੰ, ਇੱਧਰ ਇੱਧਰ, ਹਾਂ ਫੜ ਲਾ, ਇੱਥੇ ਫੜ ਕੇ ਰੱਖੀ। ਇਸ ਨੂੰ ਮੈਂ ਹੱਥ ਨਾਲ ਰਗੜਿਆ, ਉੱਤੇ ਕਰ ਲਾ ਮਾੜਾ ਜਿਹਾ, ਇਸ ਨੂੰ ਮੈਂ ਹੱਥ ਨਾਲ ਰਗੜਿਆ, ਗੁਬਾਰੇ ਨੂੰ ਵੀ ਮੈਂ ਹੱਥ ਨਾਲ ਰਗੜਿਆ। ਇਹਦਾ ਮਟੀਰੀਅਲ, ਇਹਦਾ ਮਟੀਰੀਅਲ ਪਲਾਸਟਿਕ, ਦੋਨੋਂ ਸੇਮ ਹੈ, ਇਹਨੂੰ ਕਹਿੰਦੇ ਲੇਟੈਕਸ। ਹੁਣ ਜਦੋਂ ਇਸ ਨੂੰ ਰਗੜਿਆ, ਹੁਣ ਇਹਦੇ ਕੋਲ ਲੈ ਕੇ ਜਾਊਂਗਾ, ਤੁਸੀਂ ਦੇਖਿਓ ਕੀ ਹੁੰਦਾ। ਭੱਜਦਾ, ਧੱਕੇ ਮਾਰਦਾ, ਆ ਤੁਹਾਡੇ ਸਾਹਮਣੇ, ਮੈਂ ਤਾਂ ਕੋਈ ਜਾਦੂ ਨਹੀਂ ਕਰ ਰਿਹਾ, ਧੱਕਣ ਲੱਗ ਗਿਆ ਨਾ। ਤਾਂ ਇੱਥੇ ਕੀ ਹੈ? ਖਿੱਚ ਹੈ। ਇੱਥੇ ਕੀ ਹੈ? ਧੱਕ ਹੈ। ਪਰ ਇਹ ਸਿਰਫ ਦੇਖਿਆ, ਤੇਰੇ ਸਵਾਲ ਦਾ ਜਵਾਬ ਮਿਲ ਗਿਆ, ਰਗੜਤਾ ਨਾ ਜ਼ਿਆਦਾ, ਹੁਣ ਤਾਂ ਉਹ ਫੁੱਟ ਗਿਆ। ਗਰਮੀ ਵੀ ਹੈ ਨਾ ਹੁਣ, ਪਰ
ਪ੍ਰਯੋਗ ਕਰਨ ਲਈ ਬਹੁਤ ਕੁਛ ਦੇਖਣਾ ਪੈਂਦਾ, ਫਿਰ ਹੁੰਦੇ ਆ ਪ੍ਰਯੋਗ, ਐਵੇਂ ਨਹੀਂ ਹੁੰਦੇ। ਸਾਰੀਆਂ ਕੰਡੀਸ਼ਨਾਂ ਪੂਰੀਆਂ ਹੋਣ ਫਿਰ ਪ੍ਰਯੋਗ ਹੁੰਦੇ। ਆਹ ਦੇਖੋ ਚਾਰਜ ਇੱਧਰ ਹੈ ਤਾਂ ਇੱਧਰ ਹੀ ਰਹੂਗਾ, ਦੂਏ ਪਾਸੇ ਨਹੀਂ ਜਾ ਸਕਦਾ ਹੈ, ਦੇਖਿਓ ਹੁਣ। ਦੂਜੇ ਪਾਸੇ ਆ ਕੇ ਚਿਪਕ ਗਿਆ, ਇੱਧਰੋਂ ਧੱਕਦਾ ਦੂਜੇ ਪਾਸੇ ਚਿਪਕ ਜਾ, ਇਹਦਾ ਮਤਲਬ ਇੱਧਰਲੇ ਪਾਸੇ ਕੋਈ ਹੋਰ ਚਾਰਜ ਹੈ, ਇੱਧਰਲੇ ਪਾਸੇ ਹੋਰ। ਇਹ ਦੋ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਰਿਣ, ਇੱਕ ਹੁੰਦਾ ਧਨ। ਤਾਂ ਇੱਧਰਲੇ ਪਾਸੇ ਰਿਣ ਸੀਗਾ, ਇੱਧਰਲੇ ਪਾਸੇ ਧਨ ਚਾਰਜ ਹੈ, ਇਹ ਇੱਕ ਦੂਜੇ ਨੂੰ ਖਿੱਚਣ ਅਤੇ ਧੱਕਣ ਦਾ ਕੰਮ ਕਰੀ ਜਾਂਦੇ ਆ। ਅਤੇ ਇਹੀ ਜਿਹੜਾ ਚਾਰਜ ਹੈ, ਜੇ ਤਾਰਾਂ 'ਚ ਚੱਲਣ ਲੱਗ ਜੇ, ਤਾਰ ਦੇ ਵਿੱਚ ਚਾਰਜ ਅੱਗੇ 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 ਅੱਗੇ, ਬਿਜਲੀ ਜਗ ਜੂਗੀ ਘਰੇ, ਪੱਖਾ ਚੱਲ ਪੂਗਾ, ਫਰਿੱਜ ਚੱਲ ਪੂਗਾ, ਏਸੀ ਚੱਲ ਪੂਗਾ, ਇਸ ਤਰ੍ਹਾਂ ਚੱਲਦਾ। ਆ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਚਾਰਜ ਹੈ ਜਿਹੜਾ ਕੰਮ ਕਿਵੇਂ ਕਰਦਾ। ਸਰਬਜੀਤ ਸਿੰਘ ਜੀ ਨੂੰ ਕਰੰਟ ਲਾਵਾਂਗੇ। ਆ ਜਾਓ ਸਰਬਜੀਤ ਜੀ, ਦੇਖੋ ਬੇਟੇ ਤੁਸੀਂ ਨੇ ਕਦੇ ਕਿਸੇ ਨੇ ਵੀ ਜਾ ਕੇ ਘਰੇ ਇਹ ਪ੍ਰਯੋਗ ਨਹੀਂ ਕਰਨਾ। ਅੱਛਾ, ਅਸੀਂ ਅਧਿਆਪਕ ਹਾਂ ਦੋਨੋਂ, ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ। ਨੰਗੀਆਂ ਤਾਰਾਂ ਨੂੰ ਹੱਥ ਲਾਵਾਂਗੇ ਦੋਏ ਜਣੇ, ਅਤੇ ਸਾਨੂੰ ਕਰੰਟ ਲੱਗੂਗਾ, ਤੁਹਾਡੇ ਸਾਹਮਣੇ ਲੱਗੂਗਾ। ਪਰ ਤੁਸੀਂ ਨੇ ਜਾ ਕੇ ਘਰੇ ਜਾ ਕੇ ਇਹ ਨਹੀਂ ਕਰਨਾ ਹੈ। ਜੇ ਤੁਸੀਂ ਨੇ ਜਾ ਕੇ ਨੰਗੀਆਂ ਤਾਰਾਂ ਪਾ ਕੇ ਵਿੱਚ ਫੜ ਲਈਆਂ ਨਾ, ਬਸ ਤਿਆਰੀ ਹੋ ਜੂਗੀ, ਫਿਰ ਬਚਾ ਨਹੀਂ ਸਕਦਾ, ਮੈਂ ਵੀ ਨਹੀਂ ਬਚਾ ਸਕਦਾ, ਘਰ ਦੇ ਵੀ ਨਹੀਂ ਬਚਾ ਸਕਦੇ ਫਿਰ। ਇਸ ਲਈ ਅਸੀਂ ਪ੍ਰਯੋਗ ਕਰਾਂਗੇ ਸਿਰਫ ਬੈਟਰੀ ਦੇ ਨਾਲ। ਹਾਂ, ਤੁਸੀਂ ਬੈਟਰੀ ਨਾਲ ਕਰਨਾ ਕਰਕੇ ਦੇਖ ਸਕਦੇ ਹੋ, ਇਸ ਬੈਟਰੀ ਨਾਲ ਘਰੇ ਨਹੀਂ ਕਰੂਗਾ ਕੋਈ ਵੀ ਬੱਚਾ ਇਹ ਵਾਲਾ ਪ੍ਰਯੋਗ। ਔਰ ਨੰਗੀਆਂ ਤਾਰਾਂ ਨੂੰ ਚਾਹੇ ਸਵਿੱਚ ਆਫ ਹੋਵੇ ਤਾਂ ਵੀ ਹੱਥ ਨਹੀਂ ਲਾਉਣਾ ਪੁੱਤ, ਭੁੱਲ ਕੇ ਵੀ, ਕੋਈ ਪਤਾ ਨਹੀਂ ਹੁੰਦਾ। ਕਈ ਵਾਰੀ ਉੱਧਰੋਂ ਸਵਿੱਚ ਕੱਟਿਆ ਪਿਆ ਹੁੰਦਾ ਅਤੇ ਉੱਧਰੋਂ ਕਈ ਵਾਰੀ ਚਾਰਜ ਹੈ ਜਿਹੜਾ ਫਲੋ ਕਰ ਜਾਂਦਾ। ਆਹ ਲਓ ਜੀ, ਇੱਕ ਤਾਰ ਤੁਸੀਂ ਫੜ ਲਓ, ਇੱਕ ਮੈਂ ਫੜ ਲੈਂਦਾ, ਕੁਛ ਨਹੀਂ ਹੋਇਆ, ਸਵਿੱਚ ਆਫ ਹੈ ਹਾਲੇ, ਔਨ ਕਰਿਆ ਨਹੀਂ ਮੈਂ, ਕਰਕੇ ਦਿਖਾਊਂਗਾ ਤੁਹਾਨੂੰ। ਆ ਸਰ, ਆਹ ਵਾਲਾ ਹੱਥ ਉੱਪਰ ਕਰ ਲਓ ਆਪਾਂ ਦੋਨੋਂ ਜਾਣੇ, ਤਾਂ ਕਿ ਪਤਾ ਲੱਗ ਜੇ। ਆਹ ਦੇਖਿਓ, ਸਵਿੱਚ ਔਨ ਹੋਣ ਜਾ ਰਿਹਾ, ਤੁਹਾਡੇ ਸਾਹਮਣੇ ਔਨ ਹੋਊਗਾ। ਸੁਣ ਰਹੀ ਹੈ ਆਵਾਜ਼? ਇਹਨਾਂ ਦੇ ਪੂਰੇ ਸਰੀਰ 'ਚ ਕਰੰਟ ਹੈ। ਹੁਣ ਬਚ ਕੇ ਤੁਸੀਂ ਰਹਿਣਾ ਸਰਬਜੀਤ ਤੋਂ, ਮੈਂ ਤਾਂ ਤੁਹਾਨੂੰ ਦੱਸ ਚੱਲਿਆ ਕੱਪੜਿਆਂ ਕਰਕੇ ਕੁਛ ਘੱਟ ਹੈ। ਪਰ ਆਹ ਰੱਬ ਨੇ ਸਿਰ ਦੇ ਉੱਤੇ ਬਾਲ ਕਾਹਦੇ ਲਈ ਦਿੱਤੇ ਆ, ਕੇਸ ਕਾਹਦੇ ਲਈ ਦਿੱਤੇ ਆ, ਪਤਾ ਕਿਸੇ ਨੂੰ? ਬਹੁਤ ਜ਼ਬਰਦਸਤ ਚੀਜ਼ ਹੈ ਇਹ, ਵਿਗਿਆਨ ਸਮਝਾ ਰਿਹਾ ਸਾਨੂੰ ਵੀ ਆਹ ਦੇਖੋ ਫੁੱਲ ਕਰੰਟ ਵਗ ਰਿਹਾ ਇਹਨਾਂ ਦੀ ਬੋਡੀ ਦੇ ਵਿੱਚੋਂ, ਪਰੰਤੂ ਕੇਸ ਬਚਾ ਰਹੇ ਹਾਂ ਸਾਨੂੰ। ਕੇਸਾਂ ਨੂੰ ਸੰਭਾਲ ਕੇ ਰੱਖੋ, ਆਪਣੇ ਕੇਸਾਂ ਨੂੰ ਸੰਭਾਲ ਕੇ ਰੱਖੋ ਭਾਈ, ਇਹ ਬਚਾ ਰਹੇ ਹਾਂ ਸਾਨੂੰ। ਸਾਡੇ ਸਰੀਰ ਦਿਮਾਗ ਦੇ ਵਿੱਚ ਕੀ ਹੈ? ਨਿਊਰੋਨ। ਨਿਊਰੋਨ ਕੀ ਹੈ? ਸਾਰਾ ਡਾਟਾ ਤਾਂ ਇੱਥੇ ਸਾਂਭਿਆ ਪਿਆ, ਜੇ ਡਾਟਾ ਹੀ ਉੱਡ ਗਿਆ ਸਾਰਾ ਕੀ ਕਰਾਂਗੇ? ਅਤੇ ਬਾਹਰੋਂ ਅਸਮਾਨੀ ਬਿਜਲੀ ਡਿੱਗਦੀ ਹੈ, ਹੋਰ ਕੋਈ ਬਿਜਲੀ ਡਿੱਗਦੀ ਹੈ, ਜਦੋਂ ਸਾਡੇ ਸਿਰ 'ਤੇ ਡਿੱਗੂਗੀ, ਕੇਸ ਬਚਾਉਣਗੇ ਸਾਨੂੰ। ਜਦੋਂ ਡਾਕਟਰ ECG ਕਰਦੇ ਹੈ ਜਾਂ ਬ੍ਰੇਨ ਨੂੰ ਚੈੱਕ ਕਰਦੇ ਹੈ, ਲਾਉਂਦੇ ਆ ਨਾ ਟੂਟੀਆਂ ਜੀਆਂ ਤਾਰਾਂ ਜੀਆਂ, ਫਿਰ ਬਣਦੇ ਆ ਨਾ ਉੱਥੇ ਗ੍ਰਾਫ ਬਣਦੇ ਆ, ਫਿਰ ਪਤਾ ਲੱਗਦਾ ਵੀ ਦਿਲ ਠੀਕ ਕੰਮ ਕਰਦਾ ਕਿ ਨਹੀਂ ਕਰਦਾ, ਦਿਮਾਗ ਠੀਕ ਕੰਮ ਕਰਦਾ ਕਿ ਨਹੀਂ ਕਰਦਾ। ਇਹ ਸਾਰਾ ਸਿਸਟਮ ਸਾਡਾ ਸਾਇੰਸ ਨੇ ਲੱਭ ਕੇ ਦਿੱਤਾ ਹੈ, ਸਾਇੰਸ ਨੇ ਸਾਨੂੰ ਜਾਣਕਾਰੀ ਦੇਣੀ ਹੈ। ਔਰ ਭੁੱਲ ਕੇ ਵੀ ਜੇ ਕਿਸੇ ਨੂੰ ਕਰੰਟ ਲੱਗ ਗਿਆ ਤਾਂ ਕੀ ਕਰਨਾ ਤੁਸੀਂ? ਫਟਾਫਟ ਕੋਈ ਲੱਕੜੀ ਲੈ ਕੇ, ਸੁੱਕੀ ਗਿੱਲੀ ਨਹੀਂ, ਲੱਕੜੀ ਦੇ ਨਾਲ ਉਸਨੂੰ ਛੁਡਾਉਣਾ ਉੱਥੋਂ, ਠੀਕ ਹੈ ਨਾ? ਹੱਥ ਨਹੀਂ ਲਾਉਣਾ ਬੇਟੇ, ਜੇ ਹੱਥ ਲਾਇਆ ਕੀ ਹੋ ਜਾਊਗਾ? ਪ੍ਰਧਾਨ ਜੀ ਆਇਓ, ਆਹ ਫੜੋ, ਇਸ ਹੱਥ ਨਾਲ ਪ੍ਰਧਾਨ ਜੀ ਇਹਨਾਂ ਦਾ ਹੱਥ ਫੜ ਲਓ।
ਇੱਕ ਹੱਥ ਫੜ ਲਓ ਇਹਨਾਂ, ਦੂਜਾ ਹੱਥ ਮੇਰੇ ਲਵੇ ਕਰ ਦਿਓ। ਲਓ ਜੀ, ਪ੍ਰਧਾਨ ਜੀ ਨੂੰ ਵੀ ਵਿੱਚੇ ਲਪੇਟ ਲਿਆ ਸੀ। ਅੱਜ ਸਰ ਤੁਸੀਂ ਆਇਓ, ਇੱਕ ਮਿੰਟ ਤੁਸੀਂ ਇਹ ਹੱਥ ਫੜ ਲਓ, ਆਹ ਵਾਲਾ ਹੱਥ ਫੜ ਲਓ, ਆਹ ਇਹਨਾਂ ਨੂੰ। ਆਹ ਦੇਖੋ, ਹੁਣ ਇੱਕ ਬੰਦਾ ਹੋਰ ਆਇਆ ਛਡਾਉਣ, ਵੀ ਸਰ ਨੂੰ ਕਰੰਟ ਲੱਗ ਰਿਹਾ, ਉਹ ਵੀ ਨਾਲ ਹੀ ਗਿਆ। ਜਿੰਨੇ ਆਈ ਜਾਣਗੇ ਸਾਰੇ ਜਾਈ ਜਾਣਗੇ, ਤੂੰ ਰਿਹਾ, ਤੂੰ ਵੀ ਫੜ ਕੇ ਦੇਖ ਲੈ, ਠੀਕ ਹੈ। ਤੋ ਇਸ ਕਰਕੇ ਕਦੇ ਵੀ ਜਿਹਨੂੰ ਕਰੰਟ ਲੱਗਿਆ ਬੇਟੇ, ਹੱਥ ਨਹੀਂ ਲਾਉਣ ਜਾਣਾ। ਮੇਨ ਸਵਿੱਚ ਪਤਾ ਹੋਣਾ ਚਾਹੀਦਾ ਘਰ ਦਾ, ਹਰ ਇੱਕ ਬੱਚੇ ਨੂੰ, ਹਰ ਇੱਕ ਨੂੰ ਪਤਾ ਹੋਣਾ ਚਾਹੀਦਾ। ਅੱਗੇ ਤਾਂ ਦੇਖ, ਦੇਖ ਰਹੇ ਹੋ, ਤੂੰ ਰਿਹਾ, ਹੱਥ ਐਂ ਕਰ, ਉਹ ਵੱਡੇ ਨੂੰ ਭੇਜ, ਉਹ ਦਿਸਣੇ ਨਹੀਂ ਤੇਰੇ, ਤੂੰ ਛੋਟਾ ਨਾ, ਉਰੇ ਹੱਥ ਉੱਚਾ ਕਰਕੇ ਰੱਖੇ, ਪਿੱਛੇ ਦਿਸ ਜਾਣ। ਆਹ ਦੇਖੋ ਜੀ, ਕਾਗਜ਼ ਦੇ ਟੁਕੜੇ ਆਪਾਂ ਨੇ, ਕਾਗਜ਼ ਦੇ ਟੁਕੜੇ ਇਹਦੇ ਹੱਥ 'ਤੇ ਪਾਤੇ, ਆਹ ਰਗੜਿਆ ਇਸਨੂੰ, ਪਰ ਕਾਗਜ਼ ਦੇ ਟੁਕੜਿਆਂ ਨੂੰ ਨਹੀਂ ਰਗੜਿਆ ਸੀ। ਇਹਦਾ ਮਤਲਬ ਜਿਹੜੀ ਚੀਜ਼ ਨਹੀਂ ਰਗੜੀ ਗਈ ਉਹ ਹਮੇਸ਼ਾ ਅਤੇ ਹਮੇਸ਼ਾ ਖਿੱਚੀ ਜਾਊਗੀ। ਹਾਂ, ਇਹ ਵਧੀਆ, ਦੇਖੋ ਉਹ ਹਮੇਸ਼ਾ ਕੀ ਹੋਊਗੀ, ਖਿੱਚੀ ਜਾਊਗੀ, ਇਹ ਧੱਕੂਗੀ ਨਹੀਂ, ਇਹਨੂੰ ਖਿੱਚ ਲੂਗੀ, ਦੇਖਿਓ ਤੁਹਾਡੇ ਸਾਹਮਣੇ, ਔਰ ਕਿੰਨੀ ਦੂਰੋਂ ਖਿੱਚੂਗੀ ਇਹ ਦੇਖਣਾ ਤੁਸੀਂ। ਨਹੀਂ ਖਿੱਚਦੀ, ਨਹੀਂ ਖਿੱਚਦੀ, ਨਹੀਂ, ਆਹ 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 ਆਹ, ਕਾਗਜ਼ ਦੇ ਟੁਕੜੇ ਇਹਨੇ ਤਾਂ ਨੂੰ ਚੱਕ ਲਏ, ਕਹਿੰਦੇ ਧਰਤੀ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ, ਤਾਂ ਆਹ ਗੁਬਾਰਾ ਚੀਜ਼ਾਂ ਨੂੰ ਉੱਪਰ ਨੂੰ ਖਿੱਚਣ ਲੱਗ ਗਿਆ। ਤਾਂ ਆਹ ਵਾਲੀ ਪਾਵਰ ਹੈ ਜਿਹੜੀ, ਆਹ ਵਾਲੀ, ਆਹ ਬੱਚਾ ਕਹਿੰਦਾ, ਪਹਿਲਾਂ ਤੂੰ ਲੈ ਕੇ ਆਇਆ ਸੀ, ਕਹਿੰਦਾ ਇਹ ਗਲਾਸ ਖਾਲੀ ਹੈ, ਇਹ ਖਾਲੀ ਨਹੀਂ ਹੈਗਾ, ਆਹ ਇਹ ਤੁਹਾਡੇ ਸਾਹਮਣੇ ਮੈਂ ਦੇਖੂੰਗਾ ਇਹਦੇ 'ਚ ਕੁਛ ਨਿਕਲਦਾ। ਓਏ 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 ਓਏ, ਬਾਹਰ ਕੋਈ ਆ ਜਾਂਦਾ, ਓਏ ਕੋਈ ਬਾਹਰ ਨਿਕਲ ਰਿਹਾ ਇਹਦੇ 'ਚੋਂ, ਉੱਥੇ ਦੀਦੀ ਇਹ ਤਾਂ ਕਹਿੰਦਾ ਖਾਲੀ ਹੈ, ਖਾਲੀ ਨਹੀਂ ਹੈਗਾ, ਫੜ ਫੜ ਫੜ, ਲਿਆ ਦੂਜੇ ਵਾਲਾ ਵੀ ਚੈੱਕ ਕਰ ਲਈਏ, ਤੇਰੇ ਵਾਲਾ ਖਾਲੀ ਹੈ, ਲੈ ਵੀ ਉਹ ਇਹ 'ਚ ਵੀ ਕੁਛ ਬੜਿਆ ਹੋਇਆ, ਆਹ ਬੁਲਬਲੇ ਜੇ ਬਾਹਰ ਨਿਕਲਦੇ ਹੈ, ਆਹ ਦੇਖਿਆ ਤੁਸੀਂ ਬੁਲਬਲੇ ਨਿਕਲਦੇ ਆ ਬਾਹਰ ਕਿ ਨਹੀਂ, ਕਿੰਨਿਆਂ ਨੂੰ ਨਜ਼ਰ ਆਏ, ਬੋਲੋ ਕਿੰਨਿਆਂ ਕੁ ਨੂੰ ਨਜ਼ਰ ਆਏ ਬੁਲਬਲੇ ਨਿਕਲਦੇ। ਆਹ ਦੇਖੋ, ਇਹ ਜਿਹੜਾ ਬੰਦਾ ਕਹਿੰਦਾ ਸੀਗਾ ਵੀ ਖਾਲੀ ਹੈ, ਆ ਇਹਦੇ 'ਚ ਤਾਂ ਕੁਛ ਨਿਕਲ ਰਿਹਾ, ਕੀ ਨਿਕਲ ਰਿਹਾ, ਬੋਲੋ ਕੀ ਨਿਕਲ ਰਿਹਾ, ਅਤੇ ਇਹ ਤਾਂ ਕਹਿੰਦਾ ਖਾਲੀ ਹੈ, ਆਹ ਵੀ ਕਹਿੰਦਾ ਖਾਲੀ ਹੈ, ਤੁਸੀਂ ਵੀ ਕਹਿੰਦੇ ਖਾਲੀ ਗਲਾਸ ਲਿਆਓ, ਉਹ ਇਹ ਖਾਲੀ ਨਹੀਂ ਹੈ, ਇਹਦੇ 'ਚ ਹਵਾ ਹੈ, ਹਵਾ ਨੂੰ ਕੱਢੋਗੇ ਤਾਂ ਪਾਣੀ ਭਰੂਗਾ, ਜੇ ਹਵਾ ਨਾ ਕੱਢੀ ਪਾਣੀ ਭਰ ਜੂਗਾ, ਡਬੋਈ ਰੱਖੋ, ਡਬੋਈ ਰੱਖੋ, ਪੂਰਾ ਡਬੋਈ ਰੱਖੋ, ਮੈਂ ਕਹਿੰਦਾ ਉੱਤੇ ਇੱਟ ਧਰ ਕੇ ਚਲੇ ਜਾਓ, ਬਾਅਦ 'ਚ ਆ ਕੇ ਦੇਖ ਲਿਓ, ਲੈ ਵਿੱਚ ਤਾਂ ਪਾਣੀ ਬੜਿਆ ਹੀ ਨਹੀਂ ਹੈ, ਕਿਉਂ, ਕਿਉਂਕਿ ਵਿੱਚੋਂ ਖਾਲੀ ਨਹੀਂ ਹੈ, ਕੀ ਹੈ ਇਹਦੇ 'ਚ, ਹਵਾ, ਪਹਿਲਾਂ ਹਵਾ ਨੂੰ ਬਾਹਰ ਕੱਢੋ, ਫਿਰ ਕਿਤੇ ਜਾ ਕੇ ਇਹਦੇ 'ਚ ਪਾਣੀ ਵੜਦਾ, ਸਮਝ ਆਈ ਗੱਲ। ਸਰ, ਸਰਬਜੀਤ ਸਰ, ਆ ਪਕੜਿਓ ਇੱਕ ਮਿੰਟ, ਇੱਕ ਹੋਰ ਕਰਕੇ ਦਿਖਾ ਦਈਏ। ਹਾਂ ਵੀ ਪਤਾ ਲੱਗ ਗਿਆ ਸਾਰਿਆਂ ਨੂੰ, ਹੁਣ ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਵੀ ਖਾਲੀ ਗਲਾਸ ਲਿਆਵਾਂ ਜੀ, ਕੀ ਕਹੋਗੇ, ਹਵਾ ਵਾਲਾ ਲਿਆਵਾਂ ਜੀ, ਖਾਲੀ ਆਪੇ ਕਰ ਲਿਓ, ਹਵਾ ਵਾਲਾ, ਜਿੱਥੇ ਕੁਛ ਵੀ ਨਹੀਂ ਹੈ ਪੁੱਤ ਉੱਥੇ ਕੀ ਹੈ, ਹਵਾ, ਹਵਾ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ, ਦੇਖੋ ਕਿਆ ਕੁਦਰਤ ਨੇ ਚੀਜ਼ ਬਣਾਈ ਹੈ, ਇੱਥੇ ਸਾਰੀ ਕਿਤੇ ਹਵਾ ਹੀ ਹਵਾ,
ਉਹ ਸਾਡੇ ਅੰਦਰ ਜਾ ਰਹੀ ਹੈ, ਹਵਾ 'ਚੋਂ ਫੇਫੜੇ ਆਕਸੀਜਨ ਲੈ ਰਹੇ ਹੈ, ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢ ਰਹੇ ਹੈ, ਇੱਕ ਅੰਦਰ ਜਾ ਰਹੀ ਹੈ ਇੱਕ ਬਾਹਰ ਆ ਰਹੀ ਹੈ, ਇਹਨੂੰ ਸਾਹ ਕਿਹਾ ਗਿਆ, ਸਾਹ ਆ ਵੀ ਰਿਹਾ ਸਾਹ ਜਾ ਵੀ ਰਿਹਾ। ਜਿਹੜਾ ਮਨੁੱਖ ਹੈ ਉਹ ਇੱਕ ਮਿੰਟ ਦੇ ਵਿੱਚ 16 ਵਾਰੀ ਸਾਹ ਲੈ ਲੈਂਦਾ, ਕਿੰਨੇ ਸਾਹ ਲੈਂਦਾ, ਅਤੇ ਦਿਲ ਧੜਕਦਾ ਉਹਦਾ 72 ਵਾਰੀ ਦਿਲ ਧੜਕਦਾ ਇੱਕ ਮਿੰਟ 'ਚ, ਕਿੰਨੇ ਵਾਰੀ 72 ਵਾਰੀ ਦਿਲ ਧੜਕਦਾ, ਐਂ ਕਰੀ ਜਾਂਦਾ, ਰਾਤ ਨੂੰ ਸੌਂਦਾ ਨਹੀਂ ਹੈ ਦਿਲ, ਆਪਣੀਆਂ ਅੱਖਾਂ ਬੰਦ ਹੋ ਜਾਂਦੀਆਂ ਪਰ ਦਿਲ ਕੰਮ ਕਰਦਾ ਰਹਿੰਦਾ, ਦਿਲ ਧੜਕਦਾ ਰਹਿੰਦਾ। ਹੈ ਮਸ਼ੀਨ ਕਮਾਲ ਦੀ ਕਿ ਨਹੀਂ? ਕਰੋੜਾਂ ਰੁਪਏ ਲੈ ਕੇ ਚਲੇ ਜਾਓ ਵੀ ਇੱਕ ਮਸ਼ੀਨ ਦੇ ਦਿਓ, ਇਹ ਜੀ ਨਹੀਂ ਮਿਲਦੀ ਬਾਜ਼ਾਰ 'ਚ, ਜਿਹੜੀ ਮਿਲੀ ਹੋਈ ਆ ਉਹਨੂੰ ਸੰਭਾਲ ਲਓ। ਇਸ ਲਈ ਕਹਿੰਦੇ ਆਪਣੀ ਸਿਹਤ ਦਾ ਖਿਆਲ ਰੱਖੋ। ਕਿਉਂ ਵੀ ਖਾਲੀ ਸੀਗਾ, ਕੀ ਸੀ ਵਿੱਚ? ਤੂੰ ਕਰਕੇ ਦਿਖਾਏਗਾ? ਲੈ ਕਰਕੇ ਦਿਖਾ, ਹਵਾ ਕੱਢ ਕੇ ਦਿਖਾ, ਇਹਦੇ 'ਚੋਂ ਦਿਖਾ ਹਵਾ ਕੱਢ ਕੇ, ਮੰਨ ਜਾਵਾਂਗੇ ਤੈਨੂੰ। ਟੇਡਾ ਕਰਦੇ ਮਾੜਾ ਜਿਹਾ, ਟੇਡਾ ਕਰਦੇ, ਉਹ ਤੇਰੀ ਦੀ, ਉਹ ਤੇਰੇ ਵਾਲਾ ਗਲਾਸ ਤਾਂ ਬੋਲਦਾ ਓਏ, ਇਹ 'ਚ ਕੀ ਸੀਗਾ? ਹਾਂ, ਹਵਾ ਨਿਕਲੀ ਹੈ ਤਾਂ ਪਾਣੀ ਵਿੱਚ ਜਾਊਗਾ। ਲਓ ਜੀ ਪਕੜੋ, ਪਿਊਸ਼ ਜੀ ਆਹ ਪਕੜੋ, ਆਹ ਵੀ ਪਕੜੋ। ਲਓ ਜੀ ਰੁਮਾਲ ਹੈਗਾ ਤੁਹਾਡੇ ਕੋਲ? ਅਤੇ ਰੁਮਾਲ ਰੱਖਿਆ ਕਰੋ ਤੁਸੀਂ, ਆਹ ਸਰਦਾ ਰੁਮਾਲ ਦੇਖੋ, ਸੁੱਕਾ ਕਿ ਗਿੱਲਾ? ਪੱਕੀ ਗੱਲ ਹੈ ਓਏ, ਆਹ ਸੁੱਕਾ, ਥੋੜ੍ਹਾ ਜਿਹਾ ਸਰ ਪਿੱਛੇ ਹੋ ਜਾਓ, ਬੱਚਿਆਂ ਨੂੰ ਦਿਸਣੇ। ਆਹ ਸੁੱਕਾ ਰੁਮਾਲ ਸਰ ਨੇ ਫੜਾਇਆ, ਸੋਰੀ, ਆਹ ਸੁੱਕਾ ਰੁਮਾਲ ਫੜਾਇਆ ਸਰ ਨੇ ਤੁਹਾਡੇ ਸਾਹਮਣੇ, ਆਹ ਸੁੱਕਾ ਰੁਮਾਲ ਆਪਾਂ ਨੇ ਗਲਾਸ 'ਚ ਪਾਤਾ, ਤੁਹਾਡੇ ਸਾਹਮਣੇ ਗਲਾਸ 'ਚ ਪਾਇਆ, ਪੈ ਗਿਆ ਕਿ ਨਹੀਂ ਪੈ ਗਿਆ? ਆਹ ਤੁਹਾਡੇ ਸਾਹਮਣੇ ਪਾਣੀ ਦੇ ਵਿੱਚ ਜਾ ਰਿਹਾ, ਗਿਆ, ਦੇਖੋ ਡੁੱਬ ਗਿਆ ਕਿ ਨਹੀਂ? ਡੁੱਬ ਗਿਆ, ਪਰ ਜੇ ਰੁਮਾਲ ਸੁੱਕੇ ਦਾ ਸੁੱਕਾ ਵਾਪਸ ਆ ਗਿਆ ਤਾਂ ਪਤਾ ਲੱਗ ਜੂਗਾ ਵੀ ਗਲਾਸ ਦੇ ਵਿੱਚ ਕੋਈ ਚੀਜ਼ ਹੈਗੀ ਹੈ ਜਿਹਨੇ ਪਾਣੀ ਨੂੰ ਅੰਦਰ ਜਾਣ ਨਹੀਂ ਦਿੱਤਾ। ਹਾਂ, ਉਹ ਕੀ ਹੈ? ਹਵਾ। ਸਿੱਧ ਕਰ ਦਾਂਗੇ ਆਪਾਂ ਵੀ ਉਹ ਕੀ ਹੈ, ਹਵਾ। ਕਾਫੀ ਦੇਰ ਹੋ ਗਈ, ਇੰਨੇ 'ਚ ਤਾਂ ਗਿੱਲਾ ਹੋ ਜਾਂਦਾ ਰੁਮਾਲ, ਹੈ ਨਾ? ਕੋਈ ਵੀ ਚੀਜ਼ ਸਿੱਟੀ ਇੰਨੇ 'ਚ ਤਾਂ ਗਿੱਲੀ ਹੋ ਜਾਂਦੀ ਹੈ ਨਾ। ਲੈ ਲੈ ਕੱਢ, ਦਿਖਾ ਦੇ ਸਾਰਿਆਂ ਨੂੰ, ਗਿੱਲਾ ਕਿ ਸੁੱਕਾ? ਸੁੱਕਾ ਹੈ, ਕਮਾਲ ਕਿ ਨਹੀਂ? ਇਹਨੂੰ ਕਿਹਾ ਗਿਆ ਵਿਗਿਆਨ। ਅਤੇ ਲੋਕ ਕਹਿੰਦੇ ਆ, ਜਾਦੂਗਰ ਆ ਕੇ ਕਹਿੰਦਾ, ਦੇਖੋ ਲੋਕੋ ਤੁਹਾਡਾ ਰੁਮਾਲ ਸੁੱਕਾ ਬਾਹਰ ਕੱਢਤਾ, ਇਹ 'ਚ ਭੂਤ ਹੈ। ਉਹ ਇਹ ਭੂਤ ਪਾਤ ਨਹੀਂ ਹੈ ਕੋਈ, ਇਹ ਕਿਵੇਂ ਸੁੱਕਾ ਰਹਿ ਗਿਆ? ਵਿਗਿਆਨ ਪੜ੍ਹੋ, ਵਿਗਿਆਨ ਹੈ ਜਿਹੜਾ ਚਾਨਣ ਕਰ ਦਿੰਦਾ। ਸਾਨੂੰ ਪਤਾ ਲੱਗ ਗਿਆ ਵੀ ਗਲਾਸ ਦੇ ਵਿੱਚ ਕੀ ਹੈ, ਹਵਾ, ਹਵਾ ਦੇ ਮੂਹਰੇ ਆ ਗਈ ਹਵਾ, ਉਹਨੇ ਪਾਣੀ ਨੂੰ ਅੰਦਰ ਨਹੀਂ ਜਾਣ ਦਿੱਤਾ, ਰੁਮਾਲ ਗਿੱਲਾ ਹੀ ਨਹੀਂ ਹੋਇਆ ਹੈ। ਬੋਲੋ, ਕਰ ਲਉਂਗੇ? ਹੋ ਜੂਗਾ ਨਾ, ਸਾਰੇ ਕਰ ਲਉਂਗੇ ਘਰੇ ਜਾ ਕੇ? ਰੁਮਾਲ ਹੈਗਾ ਸਾਰਿਆਂ ਕੋਲੇ? ਘਰੇ ਤਾਂ ਹੈਗਾ ਹੀ ਹੈ, ਕੱਪੜਾ ਹੋਊਗਾ ਕੋਈ, ਗਲਾਸ ਹੈਗਾ, ਕਿਹੜਾ ਖਾਲੀ ਹੈ ਕਿ ਹਵਾ ਲੈ? ਹਾਂ, ਬਸ ਬਣ ਗਿਆ, ਕੰਮ ਬਣ ਗਿਆ। ਇਹ ਤਾਂ ਗਲਾਸ ਵੀ ਤੁਹਾਡੇ ਕੋਲ ਹੈਗਾ, ਪਾਣੀ ਵੀ ਹੋਊਗਾ, ਇਹ ਜਿਹਾ ਬਰਤਨ ਕੋਲਾ ਕੋਈ ਲੈ ਲਿਓ, ਅੱਜ ਜਾ ਕੇ ਕਰ ਦੇਣਾ ਪ੍ਰੋਗਰਾਮ, ਬਣਾ ਦੇਣੇ ਵਿਗਿਆਨੀ ਸਾਰੇ ਜਿੱਦੇ ਵਾਲੇ, ਠੀਕ ਹੈ ਵੀ? ਤਾਂ ਹੁਣ ਇਹ ਦੇਖੋ ਵੀ ਜੇ ਮੈਂ ਇਸ ਦੇ ਵਿੱਚੋਂ ਹਵਾ ਕੱਢ ਕੇ ਪਾਣੀ ਭਰ ਲਿਆ ਅਤੇ ਬਾਅਦ ਦੇ ਵਿੱਚ ਮੈਂ ਇਹਨੂੰ ਐਂ ਕਰਦਾ ਉਲਟਾ ਦਾਂ ਤਾਂ ਪਾਣੀ ਨੂੰ ਕੀ ਹੋਇਆ? ਪਾਣੀ ਬਾਹਰ ਆ ਗਿਆ। ਜੇ ਮੈਂ ਇਹਨੂੰ ਐਂ ਰੱਖੂੰਗਾ ਤਾਂ ਪਾਣੀ ਵਿੱਚ ਰਹੂਗਾ, ਜੇ ਮੈਂ ਇਹਨੂੰ ਉਲਟਾ ਕਰ ਦਿੰਦਾ ਤਾਂ ਪਾਣੀ ਬਾਹਰ ਆ ਜਾਂਦਾ। ਪਰ ਤੁਹਾਡੇ ਸਾਹਮਣੇ ਆਹ ਪਾਣੀ ਹੈ ਜਿਹੜਾ, ਇਸ ਨੂੰ ਮੈਂ ਉਲਟਾ ਦੂੰਗਾ ਪਰ ਪਾਣੀ ਬਾਹਰ ਨਹੀਂ ਡੁੱਲੂਗਾ, ਤੁਹਾਡੇ ਸਾਹਮਣੇ ਦੇਖਦੇ ਦੇਖਦੇ। ਆਹ ਪਕੜੋ ਜੀ, ਇਹਦੇ 'ਚ ਕੀ ਹੈ? ਮੋਰੀਆਂ, ਦੇਖ ਵੀ ਕੀ ਮੋਰੀਆਂ ਹੈਗੀਆਂ, ਮੋਰੀਆਂ ਨਾ
ਆਹ ਤੁਸੀਂ ਦੇਖਿਆ ਹੋਇਆ ਤਾਂ ਹੀ ਤਾਂ ਤੁਸੀਂ ਮੈਨੂੰ ਉਰੇ ਸੱਦਿਆ, ਦੇਖਿਆ ਹੀ ਨਹੀਂ, ਕਰਿਆ ਸੀਗਾ ਘਰੇ ਤਾਂ ਕਰਨਾ ਹੈ ਇਹ, ਤਾਂ ਹੀ ਮੈਨੂੰ ਬੁਲਾਇਆ ਉਰੇ ਵੀ ਤੁਸੀਂ ਘਰ ਘਰ ਘਰੇ ਛਾਨਣੀ ਹੁੰਦੀ ਆ ਆਪਣੇ, ਠੀਕ ਹੈ ਨਾ। ਤਾਂ ਹੁਣ ਇਹਦੇ ਉੱਤੇ ਹੱਥ ਧਰ ਲਓ, ਹੱਥ ਧਰ ਕੇ ਉਲਟਾ ਦਿਓ, ਪਾਣੀ ਨਹੀਂ ਡੁੱਲਿਆ ਹੈ, ਦੇਖਿਆ ਫਿਰ ਤੁਸੀਂ। ਓਏ ਪਰ ਹਾਲੇ ਤਾਂ ਮੇਰਾ ਹੱਥ ਹੈ ਥੱਲੇ, ਤਾਂ ਹੀ ਨਹੀਂ ਡੁੱਲਦਾ, ਪਰ ਜੇ ਹੱਥ ਨੂੰ ਕੱਢ ਦਈਏ, ਮੰਨੋਗੇ ਵਿਗਿਆਨ ਨੂੰ? ਆਹ ਲਓ ਤੁਹਾਡੇ ਸਾਹਮਣੇ ਮੈਂ ਹੱਥ ਚੱਕਣ ਲੱਗਿਆ ਹੁਣ, ਜੇ ਪਾਣੀ ਡੁੱਲ ਗਿਆ ਤਾਂ ਵਿਗਿਆਨ ਹੈ ਨਹੀਂ, ਜੇ ਪਾਣੀ ਖੜਾ ਰਿਹਾ ਤਾਂ ਵਿਗਿਆਨ ਹੀ ਵਿਗਿਆਨ ਹੈ। ਦੇਖਦੇ ਹੋ ਪਾਣੀ ਡੁੱਲਿਆ ਤਾਂ ਨਹੀਂ ਹੈ, ਗਲਾਸ ਮੁੱਦਾ ਪਿਆ, ਗਲਾਸ 'ਚ ਪਾਣੀ ਹੈਗਾ, ਹੈਗਾ ਨਾ। ਤਾਂ ਕੋਈ ਵੀ ਕਰ, ਆਹ ਭੈਣ ਮੇਰੀ ਕਰਕੇ ਦਿਖਾਊਗੀ, ਆਹ ਭੈਣ, ਹਾਂ ਹਾਓ ਜੀ। ਇਹ ਤਾਂ ਕਰਕੇ ਮੈਂ ਤੁਹਾਡੇ ਸਾਹਮਣੇ ਕਰਕੇ ਦਿਖਾਉਣਾ ਚਾਹੁੰਦਾ ਕਿ ਤੁਸੀਂ ਇਹ ਨਾ ਸਮਝੋ, ਪਕੜ ਲਓ ਇਹਨੂੰ, ਇਹਦੇ ਉੱਤੇ ਰੱਖੋ, ਉੱਤੇ ਹੱਥ ਰੱਖੋ, ਹਾਂ ਉਲਟਾ ਦਿਓ, ਸ਼ਾਬਾਸ਼, ਉਲਟਾ ਦਿਓ, ਇਸ ਹੱਥ ਨਾਲ ਛਾਨਣੀ ਫੜ ਲਓ। ਲੈ ਵੀ ਕਮਾਲ ਹੋ ਗਿਆ, ਕਮਾਲ ਹੋ ਗਿਆ, ਤਾਂ ਇਹਦਾ ਮਤਲਬ ਕੋਈ ਵੀ ਕਰ ਸਕਦਾ, ਇਹਦਾ ਮਤਲਬ ਜਾਦੂ ਨਹੀਂ ਹੈ। ਜੇ ਜਾਦੂ ਹੁੰਦਾ ਤਾਂ ਇਕੱਲਾ ਮੈਂ ਹੀ ਕਰ ਸਕਦਾ ਸੀ। ਇਹ ਕੀ ਹੈ? ਵਿਗਿਆਨ ਹੈ। ਕੀ ਹੈ? ਬਸ ਇਹਨੂੰ ਦੱਬ ਦਿਓ ਤੁਸੀਂ, ਕਿਉਂ ਬਈ? ਕੋਈ ਵੀ ਕਰ ਸਕਦਾ। ਕੀ ਕੰਮ ਕਰਦੇ ਹੋ? ਬਾਜਾ ਖਾਨਾ, ਪਲੱਸ ਟੂ ਦੇ ਪੇਪਰ ਦਿੱਤੇ ਹੋਏ, ਸ਼ਾਬਾਸ਼। ਦੇਖੋ ਤੁਸੀਂ ਹੁਣ ਆਪ ਕਰਕੇ ਦੇਖ ਲਿਆ, ਜਾਦੂ ਤਾਂ ਨਹੀਂ ਹੈ। ਕੀ ਹੋਇਆ ਕਿ ਇਸ ਲਾਈਟਰ ਦੇ ਵਿੱਚੋਂ ਜੇ ਆਪਾਂ ਐਂ ਦੇਖੀਏ ਤਾਂ ਇੱਕ ਚਿੰਗਿਆਰੀ ਜੀ ਨਿਕਲੀ ਹੈ, ਇੱਕ ਚਿੰਗਿਆਰੀ ਜੀ ਨਿਕਲੀ ਹੈ। ਕਿੰਨੀ ਕੁ ਚਿੰਗਿਆਰੀ ਹੈ? ਮਾੜੀ ਜੀ, ਨਿੱਕੀ ਜੀ ਚਿੰਗਿਆਰੀ ਨਿਕਲੀ ਹੈ। ਪਰ ਇਸ ਦੇ ਵਿੱਚ ਜਦੋਂ ਮੈਂ ਸਪਰੇਅ ਕੀਤਾ ਸੀਗਾ, ਮਾੜਾ ਜਿਹਾ ਸਪਰੇਅ ਸੀਗਾ, ਪਰ ਉਹ ਦੋ ਵਾਰੀ ਕੰਮ ਕਰ ਗਿਆ ਇਹਦੇ 'ਚ। ਤਾਂ ਇਹਦਾ ਮਤਲਬ ਜਿਹੜਾ ਅਲਕੋਹਲ ਹੈ, ਜਦੋਂ ਉਹਨੂੰ ਅੱਗ ਲੱਗੀ, ਅੱਗ ਲੱਗਣ ਦੇ ਨਾਲ ਉਹਦੇ 'ਚ ਗੈਸਾਂ ਬਣੀਆਂ, ਉਹ ਗੈਸਾਂ ਨੇ ਪ੍ਰੈਸ਼ਰ ਬਣਾਇਆ, ਪ੍ਰੈਸ਼ਰ ਇੱਧਰ ਨੂੰ ਆਇਆ, ਬੋਤਲ ਅੱਗੇ ਨੂੰ ਚਲੀ ਗਈ। ਇਸ ਨੂੰ ਸਾਡਾ ਇੱਕ ਵਿਗਿਆਨੀ ਹੋਇਆ ਨਿਊਟਨ, ਨਿਊਟਨ ਦੀ ਗਤੀ ਦਾ ਤੀਸਰਾ ਨਿਯਮ ਕਿਹਾ ਜਾਂਦਾ ਹੈ ਕਿ ਹਰ ਇੱਕ ਐਕਸ਼ਨ ਦੇ ਉਲਟ ਰਿਐਕਸ਼ਨ ਹੁੰਦਾ, ਹਰ ਇੱਕ ਕਿਰਿਆ ਦੇ ਉਲਟ ਪ੍ਰਤੀਕਿਰਿਆ ਹੁੰਦੀ ਹੈ, ਹਰ ਇੱਕ ਕਿਰਿਆ ਦੇ ਉਲਟ। ਅਤੇ ਇਹੀ ਸਿਧਾਂਤ ਹੈ ਜਿਹੜੇ ਰੋਕਟ ਚੜ੍ਹਦੇ ਆ। ਆਪਾਂ ਨੇ ਹੁਣੇ ਹੁਣੇ ਇੱਕ ਰੋਕਟ ਭੇਜਿਆ ਉੱਪਰ, ਉਹਦਾ ਨਾਮ ਕੀ ਹੈ? ਵੈਰੀ ਗੁੱਡ, ਚੰਦਰਯਾਨ 3, ਚੰਦਰਮਾ 'ਤੇ ਉਤਾਰਿਆ ਨਾ ਭਾਰਤ ਨੇ। ਤਾਂ ਹੁਣ ਇਸ ਦੇ ਵਿੱਚ ਕੀ ਹੈ ਕਿ ਉਹ ਇਸ ਤਰ੍ਹਾਂ ਹੁੰਦਾ, ਜਦੋਂ ਇਸ ਤਰ੍ਹਾਂ ਉਹਨੂੰ ਅੱਗ ਲੱਗਦੀ ਹੈ, ਲੱਗੀ ਹੋਈ ਨਹੀਂ ਹੈ ਕਿਉਂਕਿ ਬਾਲਣ ਖਤਮ ਹੋ ਗਿਆ, ਬਾਲਣ ਤੋਂ ਬਿਨਾਂ ਨਹੀਂ ਚੱਲਣਾ ਕੰਮ, ਬਾਲਣ ਹੋਰ ਪਾਉਣਾ ਪੈਣਾ ਇਹਦੇ 'ਚ, ਉਹ ਜਿੰਨਾ ਬਾਲਣ ਸੀ ਉਹ ਲੱਗ ਗਿਆ, ਵਰਤਿਆ ਗਿਆ। ਇਸੇ ਲਈ ਆਹ ਜਿਹੜਾ ਰੋਕਟ ਬਣਾਇਆ ਜਾਂਦਾ ਹੈ, ਇਹ ਰੋਕਟ ਹੈ ਜਿਹੜਾ ਅਸੀਂ ਉੱਤੇ ਭੇਜਦੇ ਹਾਂ, ਉਹਨੂੰ ਕਹਿੰਦੇ ਹਾਂ ਸੈਟੇਲਾਈਟ। ਉਹ ਸਿਰਫ ਆਹ ਉੱਪਰਲੇ ਹਿੱਸੇ 'ਚ ਪਾਇਆ ਜਾਂਦਾ, ਇੱਥੇ ਹੁੰਦਾ, ਬਸ ਸਿਰਫ ਇਸ ਹਿੱਸੇ 'ਚ ਰੱਖਦੇ ਹਾਂ ਆਪਣਾ ਰੋਕਟ ਜਿਹੜਾ ਉੱਤੇ ਭੇਜਦੇ ਹਾਂ, ਜਿਵੇਂ ਚੰਦਰਯਾਨ ਨੂੰ ਭੇਜਿਆ ਸੀ। ਇਹ ਇਕੱਲਾ ਉੱਪਰ ਜਾਂਦਾ, ਇਹ ਬਾਕੀ ਸਾਰੇ ਦਾ ਸਾਰਾ, ਨਹੀਂ ਹਾਲੇ ਨਹੀਂ ਲੋੜ, ਇਹ ਬਾਕੀ ਸਾਰੇ ਦਾ ਸਾਰਾ ਪਹਿਲਾਂ, ਸਭ ਤੋਂ ਪਹਿਲਾਂ ਆਹ ਸਟੇਜਾਂ ਖਤਮ ਹੁੰਦੀਆਂ ਜਦੋਂ ਉੱਪਰ ਇੱਥੋਂ ਚੜ੍ਹਦਾ ਨਾ ਧਰਤੀ ਤੋਂ, ਆਹ ਦੋਨੋਂ ਅੱਡ ਹੋ ਜਾਂਦੀਆਂ, ਡਿੱਗ ਪੈਂਦੀਆਂ ਸਮੁੰਦਰ 'ਚ। ਇਸੇ ਲਈ ਸਮੁੰਦਰ ਦੇ ਲਾਗੇ ਨੇੜੇ ਸਾਊਥ ਦੇ ਵਿੱਚ ਅਸੀਂ ਉੱਥੇ ਆਪਣੇ ਇਹ ਅੱਡੇ ਬਣਾਏ ਹੋਏ ਹਾਂ ਜਿੱਥੋਂ ਇਸ ਨੂੰ ਲਾਂਚ ਕਰਦੇ ਹਾਂ। ਜੇ ਇੱਥੋਂ ਲਾਂਚ ਕਰਦੀ ਹੈ ਜੀਦੇ ਤੋਂ,
ਅਤੇ ਆਹ ਚੀਜ਼ਾਂ ਇੱਥੇ ਕਿਤੇ ਨੇੜੇ ਤੇੜੇ ਡਿੱਗ ਪੈਣਗੀਆਂ, ਉਹਨਾਂ ਦਾ ਨੁਕਸਾਨ ਹੋ ਜੂਗਾ। ਉਹਦੇ ਆਲੇ ਦੁਆਲੇ ਕੀ ਹੈ? ਸਮੁੰਦਰ ਹੈ, ਇਸ ਕਰਕੇ ਸਮੁੰਦਰ 'ਚ ਡਿੱਗਣਗੀਆਂ ਤਾਂ ਸਾਡੀ ਜਨਤਾ ਨੂੰ ਕੋਈ ਨੁਕਸਾਨ ਨਹੀਂ ਹੋਊਗਾ। ਤਾਂ ਆਹ ਵੀ ਅਲੱਗ ਹੋ ਗਈਆਂ, ਸਭ ਤੋਂ ਪਹਿਲਾਂ ਤਾਂ ਆਹ ਐਂ ਕਰਕੇ ਥੱਲੇ ਡਿੱਗ ਪੈਣੀ ਹੈ, ਫਿਰ ਇੱਧਰਲੀ ਡਿੱਗ ਪੈਣੀ ਹੈ, ਫਿਰ ਆਹ ਹਿੱਸਾ ਅੱਡ ਹੋ ਜਾਣਾ, ਫਿਰ ਆਹ ਹਿੱਸਾ ਅੱਡ ਹੋ ਜਾਣਾ, ਉੱਪਰ ਜਾ ਕੇ ਸਾਰੇ ਹਿੱਸੇ ਅੱਡ ਹੋ ਕੇ ਇਕੱਲਾ ਜਿਹੜਾ ਆਹ ਵਾਲਾ ਉੱਪਰਲਾ ਹਿੱਸਾ ਹੈ, ਬਸ ਇਸ ਨੇ ਜਾ ਕੇ ਧਰਤੀ ਦੇ ਆਲੇ ਦੁਆਲੇ ਚੱਕਰ ਲਾਈ ਜਾਣੇ, ਅਤੇ ਜਦੋਂ ਇਹਨੂੰ ਉਤਾਰਨਾ ਚੰਦਰਮਾ 'ਤੇ, ਇਹਨੂੰ ਸਪੀਡ ਘਟਾ ਦੇਣੀ ਹੈ ਇਹਦੀ, ਇਹ ਚੰਦਰਮਾ ਦੀ ਸਤ੍ਹਾ 'ਤੇ ਹੌਲੀ 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 ਉੱਤਰ ਜਾਣਾ। ਇਹ ਹੈ ਸਕੀਮ, ਦੇਖੋ ਕਿੱਡਾ ਵਿਗਿਆਨ ਕੰਮ ਕਰ ਰਿਹਾ। ਅਤੇ ਇੱਥੋਂ ਅਸੀਂ ਕੋਈ ਚੀਜ਼ ਉੱਤੇ ਸਿੱਟੀਏ, ਆਹ ਲੈ ਥੱਲੇ ਆ ਗਈ, ਆਪਾਂ ਨੇ ਉੱਤੇ ਸਿੱਟੀ ਥੱਲੇ ਡਿੱਗ ਪਈ, ਪਰ ਵਿਗਿਆਨੀਆਂ ਨੇ ਉੱਤੇ ਸਿੱਟੀ, ਉੱਤੇ ਹੀ ਗਈ। ਕਿਉਂ ਗਈ ਹੈ? ਹੁਣ ਜਿਹੜਾ ਬੱਚਾ ਇਹ ਦੱਸੂਗਾ ਪੁਰਸਕਾਰ ਦਾ ਹੱਕਦਾਰ ਹੋ ਗਿਆ। ਹਾਂ ਬੋਲ ਬੇਟੇ, ਹਾਂ ਵੈਰੀ ਨਾਈਸ, ਇੱਕ ਪ੍ਰਾਈਜ਼ ਹੋਰ ਬਣਦਾ ਤੇਰਾ। ਆ ਜਾ ਆ ਜਾ ਆ ਜਾ ਆ ਜਾ, ਇਹ ਜੇ ਬੱਚਿਆਂ ਦੀ ਲੋੜ ਹੈ ਸਾਨੂੰ ਬੇਟੇ, ਇਹੀ ਪਤਾ ਲੱਗਦਾ ਇਹ ਜੇ ਬੱਚਿਆਂ ਦਾ। ਦਿਓ ਜੀ ਇੱਕ ਹੋਰ ਪੁਰਸਕਾਰ ਦਿਓ, ਬਣਦਾ ਬੇਟੇ ਦਾ। ਇਹ ਕੀ ਬਣਨਾ ਚਾਹੁੰਦੀ ਹੈ ਜ਼ਿੰਦਗੀ 'ਚ? ਡਾਕਟਰ। ਔਰ ਡਾਕਟਰ ਬਣਾਉਣਾ ਇਸ ਕੁੜੀ ਨੂੰ ਆਪਾਂ ਨੇ, ਬਲਜੀਤ ਸਿੰਘ ਜੀ ਪੂਰੀ ਮਦਦ ਕਰਨੀ ਇਹਨਾਂ ਬੱਚਿਆਂ ਦੀ ਆਪਾਂ ਨੇ ਡਾਕਟਰ ਬਣਾਉਣ 'ਚ। ਇੱਥੇ ਖੜਾ, ਉੱਤੇ ਆ ਕੇ ਪਾਣੀ ਛਿੜਕਦੇ ਹੈ, ਅਤੇ ਸੋਡੀਅਮ ਦੀ ਜਿਹੜੀ ਧਾਤ ਹੈ ਜਦੋਂ ਪਾਣੀ ਨਾਲ ਕਿਰਿਆ ਕਰਦੀ ਹੈ ਉਹਦੇ 'ਚ ਅੱਗ ਲੱਗ ਜਾਂਦੀ ਹੈ, ਅਤੇ ਆਪਾਂ ਸਮਝਦੇ ਬਾਬੇ ਨੇ ਕਮਾਲ ਕਰਤਾ। ਆਹ ਤੁਹਾਡੇ ਸਾਹਮਣੇ ਅੱਜ ਮੈਂ ਕਮਾਲ ਦਿਖਾਊਂਗਾ ਤੁਹਾਨੂੰ, ਪਾਣੀ ਦੇ ਉੱਤੇ ਅੱਗ ਲੱਗੀ ਹੋਈ ਤੁਸੀਂ ਆਪ ਦੇਖੋਗੇ, ਤੁਹਾਡੇ ਸਾਹਮਣੇ ਹੁਣ ਲਾਈ ਜਾਊਗੀ, ਤੁਸੀਂ ਇੱਥੇ ਬੈਠੇ ਰਹਿਣਾ, ਇੱਥੇ ਨਜ਼ਰ ਆਊਗੀ ਤੁਹਾਨੂੰ। ਇੱਥੇ ਨਜ਼ਰ ਆ ਜੂ ਇਹਨਾਂ ਨੂੰ, ਹੈ ਨੀ ਮੈਂ ਬੈਠੇ ਰਹੋ, ਕੋਈ ਨਹੀਂ ਉੱਚਾ ਕਰਦੇ ਹਾਂ ਅਸੀਂ, ਅਸੀਂ ਕਰਦੇ ਉੱਚਾ। ਨਹੀਂ ਨਹੀਂ ਇੱਥੇ ਤਾਂ ਫਿਰ ਨਹੀਂ, ਛੋਟਾ ਜਿਹਾ ਟੇਬਲ ਲਿਆਓ। ਦੇਖੋ ਬੇਟੇ ਇਹ ਜਿਹੜੀ ਧਾਤ ਹੈ ਇਹ ਤੁਹਾਨੂੰ ਪੜ੍ਹਾਈ ਦੇ ਵਿੱਚ ਸਿਖਾਈ ਜਾਂਦੀ ਹੈ, ਦੁਨੀਆ ਦੀ ਇੱਕੋ ਇੱਕ ਧਾਤ ਹੈ ਜਿਸਦਾ ਨਾਮ ਹੈ ਸੋਡੀਅਮ ਧਾਤ। ਕਿਹੜੀ? ਸੋਡੀਅਮ। ਇਹ ਪਾਣੀ ਦੇ ਨਾਲ ਬੜੀ ਜ਼ਬਰਦਸਤ ਕਿਰਿਆ ਕਰਦੀ ਹੈ, ਇਸ ਨੂੰ ਇਸੇ ਕਰਕੇ ਅਸੀਂ ਮਿੱਟੀ ਦੇ ਤੇਲ ਦੇ ਵਿੱਚ ਡਬੋ ਕੇ ਰੱਖਦੇ ਹਾਂ, ਨਹੀਂ ਤਾਂ ਇਹ ਹਵਾ ਨਾਲ ਵੀ ਕਿਰਿਆ ਸ਼ੁਰੂ ਕਰ ਦਿੰਦੀ ਹੈ। ਆਹ ਮੈਂ ਲੈ ਕੇ ਆਇਆ ਨਾਲ, ਤੁਹਾਨੂੰ ਦਿਖਾ ਦਿੰਦਾ ਇਹਨੇ। ਆਹ ਧਾਤ ਹੈ, ਇਹ ਸੋਡੀਅਮ ਧਾਤ ਹੈ। ਇਹ ਇੰਨੀ ਕੁ ਨਹੀਂ ਪਾਣੀ ਦੇ ਉੱਤੇ ਅੱਗ ਲਾ ਦੇਣੀ ਹੁਣ ਤੁਹਾਡੇ ਸਾਹਮਣੇ, ਹੁਣ ਦਿਖਾਵਾਂਗੇ ਤੁਹਾਨੂੰ। ਹਾਂ ਆਹ ਠੀਕ ਹੈ, ਰੱਖ ਦਿਓ ਇਹਦੇ ਉੱਤੇ। ਹਾਂ ਦੂਰੀ ਚਾਹੀਦੀ ਹੈ ਥੋੜ੍ਹੀ ਜਿਹੀ, ਉਹ ਧਮਾਕਾ ਵੀ ਹੋ ਜਾਂਦਾ ਨਾ ਕਈ ਵਾਰੀ, ਪਟਾਕਾ ਵੱਜੂਗਾ ਬਹੁਤ ਜ਼ਬਰਦਸਤ। ਤਾਂ ਹੁਣ ਤੁਸੀਂ ਇੱਥੇ ਬੈਠੇ ਬੈਠੇ ਦੇਖੀ ਜਾਣਾ, ਰਿਐਕਸ਼ਨ ਬੜਾ ਜ਼ਬਰਦਸਤ ਹੁੰਦਾ। ਖੜ੍ਹੇ ਨਹੀਂ ਹੋਣਾ, ਖੜ੍ਹੇ ਨਹੀਂ ਹੋਣਾ, ਦੂਰੋਂ ਹੀ ਦਿਸੂਗਾ, ਅਸੀਂ ਵੀ ਪਰਾਂ ਹੀ ਹੋ ਜਾਣਾ, ਕਿਉਂਕਿ ਜਦੋਂ ਪਾਣੀ ਦੇ ਉੱਤੇ ਅੱਗ ਲੱਗਦੀ ਹੈ ਫਿਰ ਇੱਕਦਮ ਧਮਾਕਾ ਹੋਣਾ ਇਹਦਾ, ਅਤੇ ਧਮਾਕਾ ਕਿੱਡਾ ਜ਼ਬਰਦਸਤ ਹੈ, ਇੰਨੀ ਕੁ ਚੀਜ਼ ਦੇਖੋ ਕਿੰਨਾ ਕੰਮ ਕਰੂਗੀ। ਸ਼ੁਰੂ ਹੋ ਗਈ ਕਿਰਿਆ, ਉਹ ਦੇਖੋ, ਉਹ ਦੇਖੋ ਕਿਰਿਆ ਸ਼ੁਰੂ ਹੋ ਚੁੱਕੀ ਹੈ, ਅਸੀਂ ਥੱਲੇ ਬਹਿ ਜਾਂਦੇ। ਉਹ ਦੇਖੋ ਹੁਣੇ ਪਾਣੀ ਦੇ ਉੱਤੇ ਅੱਗ ਨਜ਼ਰ ਆਊਗੀ ਤੁਹਾਨੂੰ, ਉਹ ਲੱਗੀ ਅੱਗ, ਦੇਖੋ ਅੱਗ ਲੱਗੀ ਹੋਈ ਹੈ ਪਾਣੀ ਦੇ ਉੱਤੇ।
ਇਸ ਤਰ੍ਹਾਂ ਇਹ ਪਾਣੀ ਦੇ ਉੱਤੇ ਅੱਗ ਲੱਗੀ ਹੋਈ ਦਿਖਾਈ ਜਾਂਦੀ ਹੈ ਤੁਹਾਨੂੰ। ਇੰਨੀ ਜ਼ਬਰਦਸਤ ਕਿਰਿਆ ਇਹ ਕਿ ਤੁਸੀਂ ਅੰਦਾਜ਼ਾ ਲਾਓ, ਪਹਿਲਾਂ ਅੱਗ ਲੱਗੀ ਰਹੀ, ਫਿਰ ਉਹ ਅੱਗ ਦੇ ਵਿੱਚੋਂ ਨਿਕਲੀ ਹੋਈ ਊਰਜਾ ਇਕੱਠੀ ਹੁੰਦੀ ਹੁੰਦੀ ਕਿਵੇਂ ਧਮਾਕਾ ਹੋਇਆ। ਇਹ ਧਮਾਕਾ ਕਿਉਂ ਹੋਇਆ? ਕਿਉਂਕਿ ਇੱਥੇ ਹਾਈਡਰੋਜਨ ਗੈਸ ਪੈਦਾ ਹੋਊਗੀ। ਕਿਹੜੀ ਗੈਸ ਪੈਦਾ ਹੋਈ ਹੈ? ਅਤੇ ਹਾਈਡਰੋਜਨ ਗੈਸ ਧਮਾਕੇ ਨਾਲ ਬਲਦੀ ਹੈ ਸੂਰਜ ਦੇ ਵਿੱਚ। ਸੂਰਜ ਦੇ ਵਿੱਚ ਇਹ ਸੁਣੋ, ਧਿਆਨ ਦੇ ਨਾਲ ਕੰਮ ਦੀ ਗੱਲ ਹੈ। ਸੂਰਜ ਦੇ ਵਿੱਚ ਇਹੋ ਜਿਹੇ ਕਰੋੜਾਂ ਅਰਬਾਂ ਖਰਬਾਂ ਧਮਾਕੇ ਹੋ ਰਹੇ ਹੈ ਇੱਕ ਸਕਿੰਟ ਦੇ ਵਿੱਚ, ਤਾਂ ਇਹ ਰੋਸ਼ਨੀ ਸਾਡੇ ਕੋਲ ਆ ਰਹੀ ਹੈ। ਪਰ ਉਹ ਧਮਾਕੇ ਸਾਨੂੰ ਸੁਣਦੇ ਕਾਹਤੋਂ ਨਹੀਂ? ਕਿਉਂਕਿ ਇੱਥੋਂ 100 ਕਿਲੋਮੀਟਰ ਤੱਕ ਹਵਾ ਹੈ, ਉਹ ਤੋਂ ਅੱਗੇ ਹਵਾ ਵੀ ਨਹੀਂ ਹੈ, ਅਤੇ ਜਿੱਥੇ ਹਵਾ ਨਾ ਹੋਵੇ ਉੱਥੋਂ ਫਿਰ ਆਵਾਜ਼ ਸੁਣਦੀ ਨਹੀਂ ਹੈ। ਇਸ ਕਰਕੇ ਸਾਡੇ ਤੱਕ ਆਵਾਜ਼ਾਂ ਨਹੀਂ ਸੁਣ ਰਹੀਆਂ। ਔਰ ਕੱਲ੍ਹ ਨੂੰ 8 ਤਰੀਕ ਹੈ, ਅੱਜ ਕਿੰਨੀ ਹੈ? 7 ਹੈ ਨਾ। ਕੱਲ੍ਹ ਨੂੰ 8 ਤਰੀਕ ਹੈ, ਕੱਲ੍ਹ ਨੂੰ ਸੂਰਜ ਗ੍ਰਹਿਣ ਲੱਗਣਾ। ਕਿੰਨੇ ਜਣਿਆਂ ਨੂੰ ਪਤਾ? ਹਾਂ, ਅਤੇ ਸੂਰਜ ਗ੍ਰਹਿਣ ਹੈ ਜਿਹੜਾ, ਉਹਦਾ ਕਾਰਨ ਸੁਣੋ ਹੁਣ। ਸੂਰਜ, ਚੰਦਰਮਾ ਅਤੇ ਧਰਤੀ, ਇਹ ਤਿੰਨੇ ਘੁੰਮਦੇ ਘੁੰਮਦੇ ਜਦੋਂ ਇੱਕ ਸਿੱਧੀ ਰੇਖਾ 'ਚ ਆ ਜਾਂਦੇ ਹੈ ਤਾਂ ਇੱਕ ਦੂਜੇ ਦੀ ਰੋਸ਼ਨੀ ਨੂੰ ਰੋਕ ਲੈਂਦੇ ਹੈ। ਸਾਡੀ ਧਰਤੀ 'ਤੇ ਹਨੇਰਾ ਜਿਹਾ ਹੋਣਾ ਸ਼ੁਰੂ ਹੋ ਜਾਊਗਾ ਤਾਂ ਸਾਨੂੰ ਐਂ ਲੱਗਦਾ ਵੀ ਲੈ ਵੀ ਇਹ ਤਾਂ ਕੁਛ ਹੋ ਗਿਆ, ਕਿਉਂਕਿ ਹਰ ਰੋਜ਼ ਤਾਂ ਦਿਨ ਚੜਿਆ ਹੁੰਦਾ, ਅੱਜ ਹਨੇਰਾ ਹੋ ਗਿਆ ਦਿਨੇ, ਤਾਂ ਅਸੀਂ ਘਬਰਾ ਜਾਂਦੇ ਹਾਂ, ਕੁੱਤੇ ਭੌਂਕਣ ਲੱਗ ਜਾਂਦੇ ਹੈ, ਹੋਰ ਸਭ ਕਿਤੇ ਸਨਾਟਾ ਛਾ ਜਾਂਦਾ, ਸਾਨੂੰ ਐਂ ਲੱਗਦਾ ਵੀ ਪਤਾ ਨਹੀਂ ਕੀ ਹੋ ਗਿਆ। ਲੋਕ ਕਹਿੰਦੇ ਗ੍ਰਹਿਣ ਲੱਗ ਗਿਆ, ਗ੍ਰਹਿਣ ਲੱਗ ਗਿਆ, ਗ੍ਰਹਿਣ ਲੱਗ ਗਿਆ। ਉਹ ਗ੍ਰਹਿਣ ਤਾਂ ਸਿਰਫ ਇੱਕ ਪਰਛਾਵਾਂ ਹੈ, ਵਹਿਮਾਂ ਭਰਮਾਂ 'ਚ ਨਹੀਂ ਫਸਣਾ ਅਸੀਂ। ਅਸੀਂ ਨੇ ਇਸ ਦੀ ਵਰਤੋਂ ਕਰਨੀ ਹੈ। ਵਿਗਿਆਨੀਆਂ ਨੇ ਦੂਰਬੀਨਾਂ ਅੱਜ ਲਾ ਲਈਆਂ ਵੀ ਕੱਲ੍ਹ ਨੂੰ ਜਿਹੜਾ ਸੂਰਜ ਹੈ ਉਸ ਨੂੰ ਦੇਖਿਆ ਜਾਊਗਾ, ਇਹਦੇ ਮੂਹਰੇ ਕਿਵੇਂ ਆਇਆ ਚੰਨ, ਧਰਤੀ ਤੋਂ ਕਿਵੇਂ ਦੇਖੀਏ, ਕਿਵੇਂ ਇਹਨੇ ਰੋਸ਼ਨੀ ਨੂੰ ਰੋਕਿਆ। ਇਹ ਕੱਲ੍ਹ ਨੂੰ ਜਿਹੜਾ ਵਰਤਾਰਾ ਹੋਣ ਜਾ ਰਿਹਾ ਹੈ ਇਸ ਨੂੰ ਸਾਰਿਆਂ ਨੂੰ ਕੈਮਰਿਆਂ 'ਚ ਕੈਦ ਕਰਕੇ ਤੁਹਾਨੂੰ ਟੀਵੀਆਂ 'ਤੇ ਦਿਖਾ ਦੇਣਾ। ਪਰ ਯਾਦ ਰੱਖੋ ਬੇਟੇ, ਤੁਹਾਨੂੰ ਅੰਦਰ ਰਹਿਣ ਲਈ ਇਸੇ ਲਈ ਕਿਹਾ ਜਾਂਦਾ ਕਿ ਕਿਤੇ ਭੁੱਲ ਭੁਲੇਖੇ ਵੀ, ਅੱਜ ਤਾਂ ਆਪਾਂ ਸੂਰਜ ਕੰਨੀ ਝਾਕ ਲੈਣਾ ਮਾੜਾ ਜਿਹਾ, ਗ੍ਰਹਿਣ ਵਾਲੇ ਦਿਨ ਨਹੀਂ ਝੱਕਣਾ ਨਾ। ਕਿਉਂ? ਕਿਉਂਕਿ ਜੇ ਗ੍ਰਹਿਣ ਵਾਲੇ ਦਿਨ ਗ੍ਰਹਿਣ ਲੱਗਿਆ ਹੋਇਆ ਤਾਂ ਅਸੀਂ ਝੱਕ ਕੇ ਇੱਕਦਮ ਤੇਜ਼ ਰੋਸ਼ਨੀ, ਕਿਉਂਕਿ ਮੂਹਰੇ ਚੰਦਰਮਾ ਹੈ, ਚੰਦਰਮਾ ਦੇ ਆਲੇ ਦੁਆਲਿਓਂ ਰੋਸ਼ਨੀ ਕੱਟ ਕੇ ਸਾਡੀ ਅੱਖਾਂ ਦੇ ਵਿੱਚ ਵੜ ਜੂਗੀ ਅਤੇ ਅੱਖਾਂ ਨੁਕਸਾਨ ਹੋ ਜਾਣਗੀਆਂ, ਅੰਨਾ ਵੀ ਹੋ ਸਕਦਾ ਬੰਦਾ। ਇਸ ਕਰਕੇ ਸੂਰਜ ਗ੍ਰਹਿਣ ਵਾਲੇ ਦਿਨ ਸੂਰਜ ਕੰਨੀ ਨਹੀਂ ਚੱਕਣਾ। ਕਈ ਕਹਿੰਦੇ ਆ ਵੀ ਕੋਈ ਗੱਲ ਨਹੀਂ ਜੀ, ਅਸੀਂ ਐਕਸਰੇ 'ਚੋਂ ਦੇਖ ਲਾਂਗੇ। ਸਭ ਤੋਂ ਸੌਖਾ ਤਰੀਕਾ ਮੈਂ ਤੁਹਾਨੂੰ ਸਿਖਾ ਕੇ ਜਾਂਦਾ ਅੱਜ। ਜੇ ਕਿਸੇ ਨੇ ਸੂਰਜ ਗ੍ਰਹਿਣ ਘਰੇ ਦੇਖਣਾ, ਕੱਲ੍ਹ ਲੱਗਿਆ ਹੋਊਗਾ, ਤੁਸੀਂ ਘਰੇ ਦੇਖਣਾ ਚਾਹੁੰਦੇ ਹੋ, ਵੈਸੇ ਤਾਂ ਮੇਰੀ ਵੀਡੀਓ ਵੀ ਪਾਈ ਪਈ ਹੈ ਯੂਟਿਊਬ 'ਤੇ, ਤੁਸੀਂ ਦੇਖਣਾ ਚਾਹੁੰਦੇ ਹੋ। ਛਾਨਣੀ ਹੈਗੀ ਹੈ ਨਾ ਦੂਜੀ, ਮੋਟੀ ਛਾਨਣੀ, ਇਹ ਤਾਂ ਪਤਲੀ ਹੈ ਨਾ, ਇੱਕ ਮੋਟੀ ਛਾਨਣੀ ਹੁੰਦੀ ਹੈ ਜਿਹਦੇ 'ਚ ਜੂਸ ਜਾਸ ਕੱਢ ਲੈਂਦੇ, ਉਹਨੂੰ ਐਂ ਧਰ ਲੈਣਾ, ਸੂਰਜ ਕੰਨੀ ਪਿੱਠ ਕਰ ਲੈਣੀ ਹੈ, ਅਤੇ ਥੱਲੇ ਤੁਹਾਡੇ ਸੂਰਜ ਦੇ ਕਿੰਨੇ ਸਾਰੇ ਪ੍ਰਤੀਬਿੰਬ ਬਣ ਜਾਣਗੇ। ਜਿੱਥੇ ਜਿੱਥੇ ਚੰਦਰਮਾ ਸੂਰਜ ਦੇ ਮੂਹਰੇ ਹੋਊਗਾ ਉਹ ਟਿੱਕੀਆਂ ਦੇ ਵਿੱਚ ਤੁਹਾਨੂੰ ਉਵੇਂ ਉਵੇਂ ਨਜ਼ਰ ਆਊਗਾ। ਤਾਂ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ, ਸੂਰਜ ਕੰਨੀ ਨਹੀਂ ਝੱਕਣਾ ਕਿਸੇ ਨੇ ਵੀ, ਨਹੀਂ ਤਾਂ ਅੱਖਾਂ ਦੀ ਵਿੱਚ ਰੋਸ਼ਨੀ ਹੈ ਜਿਹੜੀ ਘੱਟ ਸਕਦੀ ਹੈ, ਖਤਮ ਵੀ ਹੋ ਸਕਦੀ ਹੈ। ਇਹ ਵਿਗਿਆਨੀ ਦੱਸ ਰਹੇ ਹੈ, ਇਸ ਕਰਕੇ ਆਪਾਂ ਨੂੰ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ। ਕਈਆਂ ਦੀਆਂ ਅੱਖਾਂ ਖਰਾਬ ਹੋਈਆਂ, ਠੀਕ ਹੈ, ਇਹ ਵਰਤਾਰਾ ਕਦੇ ਕਦੇ ਵਾਪਰਦਾ, ਔਰ ਕੁਦਰਤੀ ਇਸ ਵਰਤਾਰਾ ਕੱਲ੍ਹ ਵਾਪਰਨਾ ਅਤੇ ਆਪਾਂ ਨੂੰ ਪਤਾ ਲੱਗ ਗਿਆ, ਤਾਂ ਆਪਾਂ ਇਸ ਵਰਤਾਰੇ ਦਾ ਆਨੰਦ ਲੈਣਾ, ਦੇਖਣਾ ਵੀ ਸੂਰਜ ਆ ਗਿਆ ਜੀ, ਛਾਨਣੀ ਜੀ ਉਹ ਲਓ, ਛਾਨਣੀ ਨੇ ਦੇ ਨਾਲ ਪ੍ਰਤੀਬਿੰਬ ਬਣਾ ਲਓ। ਚਲੋ ਛਾਨਣੀ ਵੀ ਨਹੀਂ ਹੈਗੀ ਘਰੇ, ਫਿਰ ਕੀ ਕਰਾਂਗੇ? ਫਿਰ ਮੈਂ ਤੁਹਾਨੂੰ ਦਿਖਾਉਂਦਾ, ਆਹ ਮੈਂ ਇੱਕ ਚਿੜੀਆਂ ਵਾਲਾ ਡੱਬਾ
ਚਿੜੀਆਂ ਵਾਲਾ ਖਾਲੀ ਹੋ ਗਿਆ ਨਾ ਡੱਬਾ, ਚਾਹੇ ਤੁਸੀਂ ਕੋਈ ਕੋਈ ਵੀ ਚੀਜ਼ ਲੈ ਲਿਓ ਉਹਦੇ ਮਗਰ ਮੋਰੀ ਕਰ ਲਿਓ ਇੱਕ, ਆਹ ਮੋਰੀ ਕਰੀ ਹੋਈ ਹੈ, ਅਤੇ ਇਹਨੂੰ ਸੂਰਜ ਕੰਨੀ ਨੂੰ ਕਰ ਦਿਓ। ਇਹਨੂੰ ਸੂਰਜ ਕੰਨੀ ਨੂੰ ਕਰੋਗੇ ਤਾਂ ਥੱਲੇ ਆ ਜਿਹੜਾ ਪ੍ਰਤੀਬਿੰਬ ਬਣਨਾ ਸ਼ੁਰੂ ਹੋ ਜੂਗਾ, ਗੋਲ ਗੋਲ ਪ੍ਰਤੀਬਿੰਬ ਆ ਗਿਆ ਉਹ ਸਾਹਮਣੇ, ਹੁਣ ਉੱਥੋਂ ਨਹੀਂ ਦਿਸੂਗਾ ਤੁਹਾਨੂੰ, ਆਪੇ ਘਰੇ ਜਾ ਕੇ ਕਰਕੇ ਦੇਖੋ ਸਭ ਨੂੰ ਆਊਗਾ। ਜਦੋਂ ਸੂਰਜ ਦੀਆਂ ਕਿਰਨਾਂ ਐਂ ਨੇੜੇ ਕਰੋਗੇ, ਥੱਲੇ ਕਾਗਜ਼ 'ਚ ਰੱਖ ਲਿਓ ਤਾਂ ਉਹਦੇ ਉੱਤੇ ਸੂਰਜ ਦਾ ਪਰਛਾਵਾਂ ਨਜ਼ਰ ਆਊਗਾ, ਅਤੇ ਜਿੰਨਾ ਜਿੰਨਾ ਉਹਨੂੰ ਚੰਦਰਮਾ ਨੇ ਢੱਕਿਆ ਹੋਊਗਾ ਉਹ ਗ੍ਰਹਿਣ। ਆਹ ਸਭ ਤੋਂ ਸੌਖਾ ਤਰੀਕਾ ਜੇ ਛਾਣਨੀ ਵੀ ਨਾ ਹੋਈ ਘਰੇ। ਕਿੰਨੇ ਬੱਚੇ ਕੱਲ੍ਹ ਨੂੰ ਦੇਖਣਗੇ ਗ੍ਰਹਿਣ ਨੂੰ? ਮੈਂ ਕਿਹਾ ਦੇਖਣਾ ਨਹੀਂ ਹੈ, ਮੈਂ ਤਾਂ ਕਹਿ ਰਿਹਾ ਦੇਖਣਾ ਨਹੀਂ ਹੈ, ਤੁਸੀਂ ਕਹਿੰਦੇ ਅਸੀਂ ਦੇਖਾਂਗੇ, ਆਹ ਤਰੀਕੇ ਨਾਲ ਦੇਖਾਂਗੇ। ਹਾਂ ਯਾਦ ਰੱਖਣਾ, ਆਹ ਤਰੀਕੇ ਨਾਲ ਦੇਖ ਸਕਦੇ ਹੋ। ਕੋਈ ਵੀ ਬੋਤਲ ਲੈ ਕੇ ਉਹਦੇ 'ਚ ਮੋਰੀ ਕਰ ਲਿਓ, ਲੇਕਿਨ ਅੰਦਰੋਂ ਉਹ ਕਾਲਾ ਹੋਣਾ ਚਾਹੀਦਾ ਤਾਂ ਕਿ ਉਹਦੇ 'ਚ ਰੋਸ਼ਨੀ ਹੈ ਜਿਹੜੀ ਇੱਧਰੋਂ ਉੱਧਰੋਂ ਬਾਹਰ ਨਾ ਨਿਕਲੇ, ਸਿਰਫ ਮੋਰੀ 'ਚੋਂ ਬਾਹਰ ਨਿਕਲੇ। ਠੀਕ, ਸਮਝ ਆ ਗਈ? ਵੀ ਕਰਕੇ ਦੇਖ ਲਿਓ। ਆਹ ਦੇਖ ਲਓ ਸੂਰਜ ਦੀ ਪਾਵਰ ਚਲਾ ਰਿਹਾ ਪੱਖੇ ਨੂੰ, ਕੋਈ ਸੁੱਚ ਨਹੀਂ ਹੈ, ਕੁਛ ਨਹੀਂ ਹੈ, ਸੋਲਰ ਪੈਨਲ ਵਿਗਿਆਨੀਆਂ ਨੇ ਬਣਾਇਆ। ਓਏ ਵਿਗਿਆਨੀਆਂ ਨੇ ਤਾਂ ਬਣਾਇਆ, ਆਹ ਜਿਹੜੀ ਵਿੱਚ ਧਾਤ ਲਾਈ ਹੈ ਇਹ ਤਾਂ ਨਹੀਂ ਵਿਗਿਆਨੀਆਂ ਨੇ ਬਣਾਈ, ਇਹ ਤਾਂ ਧਰਤੀ 'ਤੇ ਪਈ ਸੀਗੀ। ਇੱਕ ਵਿਗਿਆਨੀ ਆਇਆ, ਉਸਨੂੰ ਪਤਾ ਲੱਗਿਆ ਵੀ ਇਹ ਧਾਤ ਹੈ ਜਿਹੜੀ, ਜਦੋਂ ਇਹਦੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਇਹ ਸੂਰਜ ਦੀਆਂ ਕਿਰਨਾਂ ਨੂੰ ਸੋਖ ਲੈਂਦੀ ਹੈ, ਤਾਂ ਇਹਦੇ 'ਚ ਜਿਹੜਾ ਕਰੰਟ ਬਣ ਜਾਂਦਾ ਉਹਦਾ ਨਾਮ ਆ ਗਿਆ ਕਿਤਾਬਾਂ 'ਚ। ਉਹਨੇ ਫਿਰ ਆਹ ਯੰਤਰ ਬਣਾਤਾ ਜਿਹਨੂੰ ਅਸੀਂ ਕਹਿੰਦੇ ਹਾਂ ਸੋਲਰ ਸੈੱਲ। ਹੁਣ ਇਹਦੇ 'ਤੇ ਕਿਰਨਾਂ ਪੈਂਦੀਆਂ, ਅਸੀਂ ਨੇ ਦੋ ਤਾਰਾਂ ਲਾਤੀਆਂ, ਮੋਟਰ ਲਾਤੀ, ਪੱਖਾ ਚੱਲੀ ਜਾ ਰਿਹਾ। ਵਿਗਿਆਨ ਨੇ ਖੋਜਾਂ ਕੀਤੀਆਂ, ਵਿਗਿਆਨ ਸੱਚਾਈ ਨੂੰ ਦੱਸ ਰਿਹਾ। ਵਿਗਿਆਨ ਨੇ ਦਰਖਤ ਨਹੀਂ ਬਣਾਇਆ, ਲੇਕਿਨ ਦਰਖਤ ਕਿਵੇਂ ਖੜਾ ਸਿੱਧਾ ਬਗੈਰ ਰੱਸੀਆਂ ਲਾਏ, ਵਿਗਿਆਨ ਦੱਸ ਰਿਹਾ। ਵਿਗਿਆਨ ਸਾਨੂੰ ਰਾਹ ਦਿਖਾ ਰਿਹਾ। ਦੇਖ ਰਹੇ ਹੋ ਪੱਖਾ ਚੱਲ ਰਿਹਾ ਨਾ? ਹੁਣ ਜੇ ਸੂਰਜ ਦੀਆਂ ਕਿਰਨਾਂ ਨੂੰ ਮੈਂ ਰੋਕਦਾ, ਹਾਲ ਸੂਰਜੀ ਸੈੱਲ ਦੇ ਉੱਤੇ ਰੋਕਤੀਆਂ, ਪਰਾਂ ਕਰ ਲਿਆ ਹੱਥ, ਚੱਲ ਪਈਆਂ। ਇਹ ਜਾਦੂ ਨਹੀਂ ਹੈ, ਇਹ ਵਿਗਿਆਨ ਹੈ। ਕਿੰਨੀ ਇਹਦੀ ਊਰਜਾ ਜਿਹੜੀ ਹੈ ਖਰਾਬ ਜਾ ਰਹੀ ਹੈ, ਇਸ ਲਈ ਅੱਜ ਕੱਲ੍ਹ ਘਰਾਂ ਘਰਾਂ ਦੇ ਉੱਤੇ ਸੋਲਰ ਸੈੱਲ, ਸੋਲਰ ਪੈਨਲ ਲੱਗ ਗਏ, ਬਿਜਲੀ ਬਣੀ ਜਾਂਦੀ ਹੈ, ਉਹ ਬਿਜਲੀ ਤੋਂ ਕੰਮ ਲਈ ਚੱਲੋ ਆਪਾਂ। ਇਹ ਹੈ ਵਿਗਿਆਨ ਦਾ ਮਹੱਤਵ, ਵੀ ਸਾਡੀ ਜ਼ਿੰਦਗੀ ਸੁਖਾਲੀ ਕਰਤੀ, ਅਸੀਂ ਜ਼ਿੰਦਗੀ ਦੇ ਵਿੱਚ ਸੌਖੇ ਹੋ ਗਏ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਸਾਡੇ ਲਈ ਸੌਖਾ ਹੋ ਗਿਆ, ਇੰਜਣ ਚੱਲ ਪਏ, ਪੈਟਰੋਲ ਪਾਓ, ਡੀਜ਼ਲ ਪਾਓ, ਚੱਲ ਬਈ, ਸਾਡੇ ਜੀਵਨ ਨੂੰ ਸੁਖਾਲਾ ਕਰਤਾ ਸਾਡੇ ਵਿਗਿਆਨ ਨੇ।